ਮੰਤਰੀ ਸ਼੍ਰੀ ਮਨੋਹਰ ਲਾਲ ਖੱਟੜ ਕੋਸੇ ਗੁਰਦੁਆਰਾ ਸਾਹਿਬ ਜਾਖਦੇ ਹੋਏ ਉੱਥੇ ਉਹਨਾਂ ਨੂੰ ਖਿਮਾ ਜਾਚਨਾ ਕਰਨੀ ਚਾਹੀਦੀ ਹੈ। ਨਾਲੇ ਸ਼੍ਰੀ ਮਨੋਹਰ ਲਾਲ ਖੱਟੜ ਜੀ ਨੇ ਜਾਂ ਵਿਧਾਇਕ ਬਖਸ਼ੀਰ ਸਿੰਘ ਵਿਰਕ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾਣਾ ਸੀ, ਨਾ ਕਿ ਕਿਸੇ ਤਸਵੀਰ ਨੂੰ ਮੱਥਾ ਟੇਕਣ ਜਾਣਾ ਸੀ। ਨਾ ਜਾਣੇ ਕਾ ਕਾਰਨ ਮੇਰਾ ਬਿਲਕੁਲ ਸਪਸ਼ਟ ਹੈ ਕਿ ਜਾਂ ਭਿੰਡਰਾ ਵਾਲੇ ਕਾ ਫੋਟੋ ਹੋਗਾ ਵਹਾਂ ਮੈਂ ਨਹੀਂ ਜਾਊਂਗਾ। ਕਮ ਸੇ ਕਮ ਹਰਿਆਣਾ ਕੀ ਸਥਿਤੀ ਕੋ ਹਮ ਖਰਾਬ ਨਹੀਂ ਹੋਣੇ ਦੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਰਨਾਲ ਦੇ ਡਾਚਰ ਵਿੱਚ ਰਾਜ ਕਰੇਗਾ ਖਾਲਸਾ ਗੁਰਦੁਆਰਾ ਸਾਹਿਬ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲ ਦੀ ਫੋਟੋ ਲੱਗੀ ਦੇਖ ਉੱਥੇ ਜਾਣ ਤੋਂ ਮਨਾ ਕਰਨ ਤੋਂ ਬਾਅਦ ਇਹ ਮੁੱਦਾ ਹੁਣ ਹੋਰ ਵੀ ਭਖਦਾ ਜਾ ਰਿਹਾ। ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਖੱਟਰ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ। ਇਸ ਦੇ ਚੱਲਦੇ ਹੀ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਖੱਟਰ ਦੇ ਅਜਿਹੇ ਵਰਤਾਵ ਕਾਰਨ ਪੂਰੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਹਨਾਂ ਨਾਲ ਇਹ ਵੀ ਕਿਹਾ ਕਿ ਅਫਸੋਸ ਵਾਲੀ ਗੱਲ ਹੈ ਕਿ ਖੱਟਰ ਦੇ ਨਾਲ ਸਿੱਖ ਵਿਧਾਇਕ ਬਖਸ਼ੀਰ ਸਿੰਘ ਵੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਨਹੀਂ ਗਏ, ਜਿਸ ਕਾਰਨ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਰਹੀ ਹੈ। ਦਾਦੂਵਾਲ ਨੇ ਕਿਹਾ ਕਿ ਇਸ ਕਰਕੇ ਮਨੋਹਰ ਲਾਲ ਖੱਟਰ ਅਤੇ ਸਿੱਖ ਵਿਧਾਇਕ ਬਖਸ਼ੀਰ ਸਿੰਘ ਨੂੰ ਉਸੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ। ਪਿਛਲੇ ਦਿਨੀ ਗੁਰਦੁਆਰਾ ਰਾਜ ਕਰੇਗਾ ਖਾਲਸਾ ਪਿੰਡ ਡਾਚਰ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਜੀ ਨੇ ਮੱਥਾ ਟੇਕਣ ਵਾਸਤੇ ਜਾਣਾ ਸੀਗਾ, ਪਰ ਉਹਨਾਂ ਨੇ ਐਨ ਮੌਕੇ 'ਤੇ ਇਹ ਆਪਣਾ ਜਿਹੜਾ ਮੱਥਾ ਟੇਕਣ ਦਾ ਪ੍ਰੋਗਰਾਮ ਸੀ ਉਹ ਰੱਦ ਕਰ ਦਿੱਤਾ, ਜਿਹਦੇ ਨਾਲ ਹਰਿਆਣੇ ਵਿੱਚ ਵੱਸਦੇ ਲੱਖਾਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਆਹਤ ਹੋਈਆਂ। ਉਹਦਾ ਕਾਰਨ ਉਹਨਾਂ ਦੱਸਿਆ ਕਿ ਉੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੋਈ, ਜਿਸ ਕਰਕੇ ਉਹਨਾਂ ਨੇ ਦੌਰਾ ਰੱਦ ਕੀਤਾ। ਦੁੱਖ ਦੀ ਗੱਲ ਹੈ ਕਿ ਸਿੱਖ ਵਿਧਾਇਕ ਸਰਦਾਰ ਬਖਸ਼ੀਰ ਸਿੰਘ ਵਿਰਕ ਉਹ ਵੀ ਉੱਥੇ ਮੱਥਾ ਟੇਕਣ ਵਾਸਤੇ ਨਹੀਂ ਗਏ। ਪੂਰੇ ਹਰਿਆਣੇ ਦੇ ਸਿੱਖਾਂ ਵਿੱਚ ਰੋਸ ਦੀ ਲਹਿਰ ਆ, ਬੜਾ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਗੱਲ ਦਾ, ਪਰ ਮੈਂ ਬੇਨਤੀ ਕਰੂੰਗਾ ਕਿ ਸਿੱਖ ਸੰਗਤਾਂ ਆਪਣੇ ਵਿਰੋਧ ਨੂੰ ਜਿਹੜਾ ਵਿਦਆਊਟ ਵਾਇਲੈਂਸ ਕਿਸੇ ਤਰ੍ਹਾਂ ਦੀ ਭੜਕਾਟ ਪੈਦਾ ਨਾ ਹੋਣ, ਅਤੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟੜ ਅਤੇ ਵਿਧਾਇਕ ਬਖਸ਼ੀਰ ਸਿੰਘ ਵਿਰਕ ਉਸੇ ਗੁਰਦੁਆਰਾ ਸਾਹਿਬ ਜਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉੱਥੇ ਉਹਨਾਂ ਨੂੰ ਖਿਮਾ ਜਾਚਨਾ ਕਰਨੀ ਚਾਹੀਦੀ ਹੈ, ਕਿਉਂਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਦਿੱਤਾ ਗਿਆ ਵਾ। ਇਸ ਕਾਰਨ ਕਰਕੇ ਉਹਨਾਂ ਸਿੱਖ ਯੋਧਿਆਂ ਦੀ ਫੋਟੋ ਜਿਹੜੀ ਆ ਉਹ ਸਾਡੇ ਵਾਸਤੇ ਪ੍ਰੇਰਨਾ ਸਰੋਤ ਆ, ਨਾ ਕਿ ਉਹਨਾਂ ਦੀ ਤਸਵੀਰ ਕਰਕੇ ਉੱਥੇ ਮੱਥਾ ਟੇਕਣਾ ਰੱਦ ਕਰਨਾ ਚਾਹੀਦਾ। ਨਾਲੇ ਸ਼੍ਰੀ ਮਨੋਹਰ ਲਾਲ ਖੱਟਰ ਜੀ ਨੇ ਜਾਂ ਵਿਧਾਇਕ ਬਖਸ਼ੀਰ ਸਿੰਘ ਵਿਰਕ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾਣਾ ਸੀ, ਨਾ ਕਿ ਕਿਸੇ ਤਸਵੀਰ ਨੂੰ ਮੱਥਾ ਟੇਕਣ ਜਾਣਾ ਸੀ। ਸੋ ਇਸ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਉਹ ਖਿਮਾ ਜਾਚਨਾ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਧਰ ਮਨੋਹਰ ਲਾਲ ਖੱਟਰ ਆਪਣੇ ਫੈਸਲੇ ਤੇ ਚਟਾਨ ਵਾਂਗ ਡਟੇ ਹੋਏ ਨੇ। ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਬਿਆਨ ਸਪਸ਼ਟ ਹੈ ਕਿ ਜਿੱਥੇ ਭਿੰਡਰਾਂਵਾਲੇ ਦੀ ਫੋਟੋ ਲੱਗੀ ਹੋਵੇਗੀ ਮੈਂ ਉੱਥੇ ਨਹੀਂ ਜਾਵਾਂਗਾ, ਪਰ ਮੈਂ ਗੁਰੂ ਘਰ ਦਾ ਸਤਿਕਾਰ ਕਰਦਾ ਹਾਂ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੋ ਪੰਜਾਬ ਵਿੱਚ ਖਾਲਿਸਤਾਨ ਹੋ ਰਿਹਾ ਪਰ ਇਸ ਨੂੰ ਹਰਿਆਣੇ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਤਾਂ ਦੇਖੀਏ ਪਹਿਲੀ ਬਾਤ ਤੋਂ ਕਿ ਉਹਨੇ ਮੇਰਾ ਇੱਕ ਦੌਰਾ ਥਾ 13-14 ਗਾਓਂ ਕਾ, ਤੋ ਰਾਸਤੇ ਮੇਂ ਉਹ ਗਾਓਂ ਆਤਾ ਥਾ, ਉਹਨੇ ਮੁਝੇ ਕਹਾ ਕਿ ਵਹਾਂ ਦੁਪਹਿਰ ਕੋ ਥੋੜੀ ਦੇਰ ਕੇ ਲਈ ਰੁਕਣਾ ਹੈ, ਲੇਕਿਨ ਮੁਝੇ ਜਬ ਜਾਣਕਾਰੀ ਇਹ ਮਿਲੀ ਕਿ ਅੰਦਰ ਵਹਾਂ ਭਿੰਡਰਾਂਵਾਲੇ ਕਾ ਫੋਟੋ ਹੈ, ਤੋ ਮੈਨੇ ਇਸ ਕਾਰਨ ਸੇ ਮਨਾ ਕੀਆ। ਨਾ ਜਾਣੇ ਕਾ ਕਾਰਨ ਮੇਰਾ ਬਿਲਕੁਲ ਸਪਸ਼ਟ ਹੈ, ਉਸਮੇਂ ਕਹੀਂ ਕੋਈ ਦੁਵਿਧਾ ਨਹੀਂ ਹੈ ਕਿ ਜਾਂ ਭਿੰਡਰਾਂਵਾਲੇ ਕਾ ਫੋਟੋ ਹੋਗਾ ਵਹਾਂ ਮੈਂ ਨਹੀਂ ਜਾਊਂਗਾ, ਇਹ ਮੈਨੇ ਉਨਕੋ ਹੀ ਬਤਾ ਦਿਆ ਹੈ। ਉਹ ਦੁਬਾਰਾ ਸੇ ਫਿਰ ਕਰਨੇ ਵਾਲੇ ਹੈ, ਉਨਕੀ ਓਰ ਸੇ ਕਿਆ ਵਿਸ਼ਾ ਆਤਾ ਕਿਆ ਨਹੀਂ, ਮੈਂ ਗੁਰੂ ਘਰ ਕਾ ਯਾਨੀ ਇੱਕ ਪ੍ਰਕਾਰ ਕਾ ਆਦਰ ਕਰਤਾ ਹੂੰ, ਸਨਮਾਨ ਕਰਤਾ ਹੂੰ, ਔਰ ਮੈਨੇ ਤੋ ਕਿਤਨੇ ਹੀ ਕਾਰਕਮ ਕਰਵਾਏ ਹੈ, ਆਪਣੇ ਹੱਥੋਂ ਸੇ ਕਾਰਕਮ ਕਰਵਾਏ ਹੈ। ਗੁਰੂ ਗੋਬਿੰਦ ਸਿੰਘ ਜੀ ਕਾ 300 ਸਾਲਾ 2 ਕਾਰਕਮ, ਉਸ ਕਾ ਪ੍ਰਾਰੰਭ ਵੀ, ਉਸ ਕਾ ਸਮਾਪਨ ਵੀ, ਫਿਰ ਮੈਨੇ ਪਟਨਾ ਸਾਹਿਬ ਵੀ 2 ਟ੍ਰੇਨ ਭੇਜੀ ਹੈ, ਫਿਰ ਮੈਨੇ ਬੰਦਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਕੇ ਨਾਮ ਸੇ ਇੱਕ ਲੋਹਗੜ੍ਹ ਕੇ ਅੰਦਰ ਸਮਾਰਕ ਬਣਾਉਣ ਕੀ ਮੇਰੀ ਤਿਆਰੀ ਚੱਲ ਰਹੀ ਹੈ। ਕਿਤਨੇ 550 ਸਾਲ ਕਾ ਵੀ ਹਮਾਰੀ ਸਮਿਤੀ ਬਣ ਗਈ ਹੈ, ਕਮੇਟੀ ਬਣ ਗਈ ਹੈ, ਉਸ ਕਾ ਵੀ ਹਮਾਰਾ ਗੁਰੂ ਘਰ ਸੇ ਕੋਈ ਵਿਰੋਧ ਨਹੀਂ ਹੈ, ਗੁਰਦੁਆਰੇ ਸੇ ਕੋਈ ਵਿਰੋਧ ਨਹੀਂ ਹੈ, ਲੇਕਿਨ ਜਿਤਨਾ ਵਿਸ਼ਾ ਹੈ ਵੋ ਸਭਕੋ ਪਤਾ ਹੈ, ਸਭਕੋ ਸਾਹਮਣੇ ਹੈ, ਇਸ ਲਈ ਉਸ ਵਿਸ਼ੇ ਪਰ ਕਮ ਸੇ ਕਮ ਹਰਿਆਣਾ ਕੀ ਸਥਿਤੀ ਕੋ ਹਮ ਖਰਾਬ ਨਹੀਂ ਹੋਣੇ ਦੇਂਗੇ, ਐਸਾ ਹਮਾਰਾ ਇੱਕ ਦਾਇਤਵ ਵੀ ਬਣਤਾ, ਉਸ ਕੋ ਪੂਰਾ ਕਰੇਂਗੇ। ਦੇਖੀਏ ਹਮ ਇਸ ਸਮੱਸਿਆ ਕੋ ਹਰਿਆਣਾ ਮੇਂ ਨਹੀਂ ਆਨੇ ਦੇਂਗੇ, ਔਰ ਹਮਾਰੀ ਆਪਸ ਮੇਂ ਬਾਤਚੀਤ ਕਰਕੇ ਇਸ ਸਮੱਸਿਆ ਕੋ ਉਸ ਗਲਤਫਹਮੀਆਂ ਹੋ ਜਾਤੀ ਹੈ, ਉਸ ਕੋ ਹਮ ਦੂਰ ਕਰ ਲੈਂਗੇ, ਆਜ ਮੇਰੀ ਮੀਟਿੰਗ ਹੈ ਉਨ ਲੋਗੋਂ ਕੇ ਸਾਥ। ਦੇਖਿਆ ਜਾਵੇ ਤਾਂ ਰਾਜ ਕਰੇਗਾ ਖਾਲਸਾ ਗੁਰਦੁਆਰਾ ਡਾਚਰ ਦਾ ਮਾਮਲਾ ਧੂਰ ਫੜਦਾ ਜਾ ਰਿਹਾ। ਇੱਕ ਪਾਸੇ ਤਾਂ ਖੱਟਰ ਵੱਲੋਂ ਜਿਸ ਗੁਰਦੁਆਰਾ ਸਾਹਿਬ 'ਚ ਭਿੰਡਰਾਂਵਾਲੇ ਦੀ ਫੋਟੋ ਲੱਗੀ ਹੋਵੇਗੀ ਉੱਥੇ ਨਾ ਜਾਣ ਤੇ ਡਟੇ ਹੋਏ ਨੇ, ਤੇ ਦੂਸਰੇ ਪਾਸੇ ਦਾਦੂਵਾਲ ਵੀ ਖੱਟਰ ਨੂੰ ਮੁਆਫੀ ਮੰਗਾਉਣ ਦੀ ਜਿੱਦ ਤੇ ਅੜੇ ਹੋਏ ਨੇ। ਹੁਣ ਇਹਨਾਂ ਦੋਨਾਂ ਵਿੱਚ ਕੌਣ ਆਪਣੇ ਫੈਸਲੇ ਤੋਂ ਪੈਰ ਪਿੱਛੇ ਪੱਟੇਗਾ ਇਹ ਤਾਂ ਸਮਾਂ ਆਉਂਦੇ ਹੀ ਪਤਾ ਲੱਗੇਗਾ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।
ਫੇਸਬੁੱਕ ਨੂੰ ਲਾਈਕ ਕਰੋ, ਟਵਿੱਟਰ ਨੂੰ ਟਵੀਟ ਕਰੋ, ਇੰਸਟਾਗ੍ਰਾਮ ਨੂੰ ਫੋਲੋ ਕਰੋ। ਇਸ ਤੋਂ ਇਲਾਵਾ ਹਰ ਅਪਡੇਟ ਲਈ ਸਾਡੇ ਚੈਨਲ ਪੰਜਾਬ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਹੋ। ਹੋਰ ਵਧੇਰੇ ਜਾਣਕਾਰੀ ਲਈ ਸਾਡੀ ਵੈਬਸਾਈਟ ਨੂੰ ਲੌਗਇਨ ਕਰੋ।